ਇਸ ਖਿਡੌਣੇ ਨੂੰ ਬਣਾਉਣ ਲਈ ਪੁਰਾਣੇ ਮੋਬਾਈਲ ਫੋਨ ਦੀ ਵਾਈਬ੍ਰੇਟਰ ਮੋਟਰ ਚਾਹੀਦੀ ਹੈ। ਇਸ ਲਈ ਤੁਹਾਨੂੰ ਇੱਕ ਪੁਰਾਣਾ ਟੁੱਥਬ੍ਰਸ਼, 1.5 ਵੋਲਟ ਪੈਨਸਲ ਸੈੱਲ ਟੇਪ ਅਤੇ ਰਬੜ ਬੈਂਡ ਵੀ ਚਾਹੀਦੇ ਹਨ। ਜਦੋਂ ਤੁਸੀਂ ਵਾਈਬ੍ਰੇਟਰ ਮੋਟਰ ਦੀਆਂ ਤਾਰਾਂ ਬੈਟਰੀ ਨਾਲ ਜੋੜੋਗੇ ਤਾਂ ਮੋਟਰ ਨੱਚਣ ਅਤੇ ਕੰਬਣ ਲੱਗ ਜਾਵੇਗੀ। ਮੋਟਰ ਨੂੰ ਰਬੜ ਨਾਲ ਬੈਟਰੀ ਨੂੰ ਨਾਲ ਜੋੜ ਦਿਓ। ਇੱਕ ਪੁਰਾਣੇ ਟੁੱਥਬ੍ਰਸ਼ ਨੂੰ ਕੱਟੋ, ਰਬੜ ਬੈਂਡ ਨਾਲ ਬੈਟਰੀ ਅਤੇ ਮੋਟਰ ਬ੍ਰਸ਼ ਉੱਪਰ ਲਗਾ ਦਿਓ। ਮੋਟਰ ਨੂੰ ਘੁਮਾਉਣ ਨਾਲ ਉਸ ਦੀਆਂ ਤਾਰਾਂ ਬੈਟਰੀ ਨਾਲ ਜੋੜ ਦਿਓ। ਤੁਸੀਂ ਬ੍ਰਸ਼ ਨੂੰ ਫੜੋਗੇ ਤਾਂ ਤੁਸੀਂ ਉਸ ਨੂੰ ਕੰਬਣੀ ਮਹਿਸੂਸ ਕਰ ਸਕਦੇ ਹੋ। ਜਦੋਂ ਤੁਸੀਂ ਇਹ ਬਹੁ ਲੱਤਾਂ ਵਾਲਾ ਬ੍ਰਸ਼ ਮੇਜ਼ 'ਤੇ ਰੱਖੋਗੇ ਤਾਂ ਇਹ ਬਹੁਤ ਵਧੀਆ ਤਰੀਕੇ ਨਾਲ ਕੰਬਣ ਅਤੇ ਨੱਚਣ ਲੱਗ ਜਾਵੇਗਾ। ਇਸ ਮਾਡਲ ਨੂੰ ਹੋਰ ਅਸਲੀ ਬਣਾਉਣ ਲਈ ਐਂਟਲੋਪ ਦਾ ਮੂੰਹ ਅਤੇ ਪੂੰਛ ਬਣਾ ਕੇ ਜੋੜ ਦਿਓ। ਜਦੋਂ ਤੁਸੀਂ ਇਸ ਖਿਡੌਣੇ ਨੂੰ ਫਰਸ਼ 'ਤੇ ਰੱਖੋਗੇ ਤਾਂ ਲਗਾਤਾਰ ਨੱਚਦਾ ਰਹੇਗਾ ਅਤੇ ਬੇਸ਼ੱਕ ਤੁਸੀਂ ਐਂਟਲੋਪ ਦੀ ਪਿੱਠ 'ਤੇ ਇੱਕ ਬੰਦਾ ਵੀ ਬਿਠਾ ਸਕਦੇ ਹੋ ਅਤੇ ਬਹੁਤ ਖੂਬਸੂਰਤ ਲੱਗੇਗਾ।